ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਹੋਪ ਕਰਦਾ ਤੁਸੀਂ ਵੈਲ ਐਂਡ ਗੁੱਡ ਹੋਵੋਗੇ। ਤੇ ਅੱਜ ਗੱਲਬਾਤ ਕਰਨ ਲੱਗੇ ਹਾਂ ਕਿ ਸਪਾਊਸ ਵੀਜ਼ਾ ਜਾਂ ਸੌਦਾ ਵੀਜ਼ਾ, ਠੀਕ ਹੈ। ਸੋ ਜਿਹੜਾ ਸਪਾਊਸ ਵੀਜ਼ਾ ਇੱਕ ਸੌਦੇ ਵਾਲਾ ਵੀਜ਼ਾ ਹੀ ਬਣ ਚੁੱਕਿਆ, ਕਿਉਂਕਿ ਇੱਕ ਮੁੰਡੇ ਵਾਲਾ ਜਿਹੜਾ ਆਈਲੈਟਸ ਨਹੀਂ ਕਰ ਸਕਦਾ, ਠੀਕ ਹੈ, ਉਹ ਬੰਦਾ ਇੱਕ ਆਈਲੈਟਸ ਵਾਲੀ ਕੁੜੀ ਤੇ ਲੱਭ ਕੇ, ਠੀਕ ਹੈ, ਵਿਚੋਲੇ ਦੇ ਥਰੂ ਜਾਂ ਇੱਕ ਬ੍ਰੋਕਰ ਦੇ ਥਰੂ, ਮੈਰਿਜ ਬ੍ਰੋਕਰ ਦੇ ਥਰੂ ਕੁੜੀ ਲੱਭਦਾ, ਠੀਕ ਹੈ ਜੀ, ਤੇ ਸਾਰਾ ਖਰਚਾ ਕਰਦਾ। ਤੇ ਐਕਚੁਅਲ ਦੇ ਵਿੱਚ ਨਾ ਇਹ ਇੱਕ ਰਿਐਲਿਟੀ ਆ ਜਿਹੜੀ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਮੈਂ ਸ਼ੇਅਰ ਕਰਨ ਲੱਗਿਆ। ਸੋ ਅੱਜ ਦਾ ਇੱਕ ਐਗਜ਼ਾਮਪਲ ਹੈ। ਸੋ ਬੜੇ ਲੋਕਾਂ ਨੂੰ ਇਸ ਵੀਡੀਓ ਤੋਂ ਦੇਖਣ ਤੋਂ ਬਾਅਦ ਗੁੱਸਾ ਵੀ ਆਉਣਾ ਹੈ, ਠੀਕ ਹੈ, ਤੇ ਬਾਕੀ ਕਈਆਂ ਨੂੰ ਇਹ ਚੀਜ਼ ਵਧੀਆ ਵੀ ਲੱਗਣੀ ਹੈ। ਜੇ ਬਾਕੀ ਇਹ ਚੀਜ਼ ਤੁਹਾਨੂੰ ਵਧੀਆ ਲੱਗਦੀ ਆ ਤਾਂ ਤੁਸੀਂ ਇਹ ਵੀਡੀਓ ਸ਼ੇਅਰ ਕਰ ਦਿਓ, ਠੀਕ ਹੈ, ਤੇ ਜਿਹੜਾ ਕੁੜੀ ਵਾਲਿਆਂ ਦਾ ਧੱਕਾ ਵੀ ਘੱਟ ਹੋਵੇ ਮੁੰਡੇ ਵਾਲਿਆਂ ਦੇ ਨਾਲ, ਠੀਕ ਹੈ ਜੀ। ਅੱਜ ਗੱਲਬਾਤ ਕਰਦੇ ਹਾਂ ਕਿ ਜਦੋਂ ਬੰਦਾ, ਠੀਕ ਹੈ, ਆਈਲੈਟਸ ਵਾਲੀ ਕੁੜੀ ਨਾਲ ਵਿਆਹ ਕਰ ਲੈਂਦਾ, ਠੀਕ ਹੈ, ਉਹਦੇ ਬਾਅਦ ਚ ਪਹਿਲਾਂ ਤਾਂ ਫੀਸਾਂ ਦਿੰਦਾ ਜਿਹੜੀਆਂ ਉਹਨਾਂ ਦੇ ਫਾਦਰ ਸਾਹਿਬ ਨੇ, ਕੁੜੀ ਦੇ ਫਾਦਰ ਸਾਹਿਬ ਨੇ ਦਿੱਤੀਆਂ ਹੁੰਦੀਆਂ, ਉਹ ਸਾਰੀਆਂ ਫੀਸਾਂ ਭਰਦਾ, ਠੀਕ ਹੈ। ਫਿਰ ਉਹਦੇ ਬਾਅਦ ਚੋਂ ਵਿਆਹ ਤੇ ਸਾਰਾ ਖਰਚਾ ਕਰਦਾ, ਆਪਦੇ ਵੱਲੋਂ ਉਹ ਸ਼ੋ ਕਰਦਾ ਕਿ ਠੀਕ ਹੈ ਯਾਰ, ਆਹ ਹਰ ਇੱਕ ਚੀਜ਼ ਆਪਦੇ ਵੱਲੋਂ ਦਿਖਾਉਂਦਾ, ਠੀਕ ਹੈ। ਈਵਨ ਕੁੜੀ ਦੇ ਘਰਦਿਆਂ ਨੂੰ ਵੀ ਪੈਸੇ ਆਫਰ ਕਰਦਾ, ਉਹਨਾਂ ਦੇ ਪੈਲਸ ਦਾ ਖਰਚਾ ਵੀ, ਕਈ ਏਦਾਂ ਦੇ ਵੀ ਹੈਗੇ ਜਿਹੜੇ ਪੈਲਸ ਦਾ ਖਰਚਾ ਤੱਕ ਵੀ ਚੱਕਦੇ ਆ, ਠੀਕ ਹੈ, ਤੇ ਸਾਰਾ ਕੁਛ ਕਰਦੇ ਆ। ਵਿਆਹ ਹੋ ਜਾਂਦਾ, ਸਾਰਾ ਕੁਛ ਹੋ ਜਾਂਦਾ, ਕੁੜੀ ਕੈਨੇਡਾ ਆ ਜਾਂਦੀ ਆ, ਤੇ ਠੀਕ ਹੈ, ਕੁੜੀ ਬਦਲ ਜਾਂਦੀ ਆ। ਕੁੜੀ ਬਦਲਦੀ ਕਿਉਂ ਆ? ਕਿਉਂਕਿ ਜਦੋਂ ਤੁਸੀਂ ਸਾਰਾ ਕੁਛ ਇੱਕ ਕੁੜੀ ਦਾ, ਇੱਕ ਆਪਾਂ ਗੱਲ ਕਰਦੇ ਹਾਂ, ਸੁਭਾਵਿਕ ਗੱਲ ਹੈ, ਕਿਉਂਕਿ ਆਪਾਂ ਉਸ ਸਮਾਜ ਦੇ ਵਿੱਚ ਰਹਿੰਦੇ ਹਾਂ ਜਿੱਥੇ ਦੋਨਾਂ ਪੀੜ੍ਹੀਆਂ ਦੇ ਨਾਲ ਆਪਣਾ ਹਿਸਾਬ ਕਿਤਾਬ ਚੱਲਣਾ ਚਾਹੀਦਾ, ਕੁੜੀ ਦੇ ਨਾਲ ਵੀ ਤੇ ਮੁੰਡੇ ਦੇ ਨਾਲ ਵੀ। ਹੁਣ ਗੱਲ ਹੋ ਗਈ, ਜਦੋਂ ਕੁੜੀ ਇੱਥੇ ਆਣ ਕੇ ਚੇਂਜ ਹੋ ਜਾਂਦੀ ਆ, ਤੇ ਫਿਰ ਬੰਦੇ ਦੇ ਜਿਹੜੇ ਦੇ ਪੈਸੇ ਲੱਗੇ ਹੁੰਦੇ ਆ, ਇੱਕ ਤਾਂ ਉਹ ਕਿਤੇ ਮੂੰਹ ਦਿਖਾਉਣ ਜੋਗਾ ਨਹੀਂ ਰਹਿੰਦਾ, ਠੀਕ ਹੈ। ਦੂਜਾ ਜੇ ਕੁੜੀ ਵਾਲਿਆਂ ਦੇ ਘਰੇ ਜਾਂਦਾ, ਠੀਕ ਹੈ, ਮੈਂ ਕਈ ਥਾਂ ਵੀਡੀਓ ਵੀ ਦੇਖਦਾ ਹੁੰਦਾ, ਤੇ ਕੁੱਤੇ ਖਾਣੀ ਹੋ ਰਹੀ ਆ ਬਹੁਤ ਜ਼ਿਆਦਾ ਇਹ ਚੀਜ਼ ਦੀ, ਠੀਕ ਹੈ। ਤੇ ਗੱਲ ਕਿੱਥੇ ਆਉਂਦੀ ਹੈ ਕਿ ਜਦੋਂ ਸਾਰਾ ਕੁਛ ਆਪਾਂ ਕੁੜੀ ਵਾਲੇ ਮੁੰਡੇ ਵਾਲਿਆਂ ਤੋਂ ਫੀਸ ਵੀ ਲੈ ਲੈਂਦੇ, ਈਵਨ ਪੈਸੇ ਵੀ ਲੈ ਲੈਂਦੇ ਆ, ਤਾਂ ਫਿਰ ਐਕਚੁਅਲ ਦੇ ਵਿੱਚ ਕਾਰਨ ਕੀ ਹੈ? ਜਿਹੜਾ ਯਾਰ ਤੁਸੀਂ ਕਿਸੇ ਤੋਂ ਪੈਸੇ ਲੈ ਲਏ, ਠੀਕ ਹੈ, ਉਹਨੂੰ ਕੈਨੇਡਾ ਲਿਆਉਣ ਕੇ, ਠੀਕ ਹੈ, ਜੋ ਮਰਜ਼ੀ ਕਰ ਲਓ, ਓਕੇ ਫਾਈਨ, ਗੱਲ ਠੀਕ ਹੈ, ਵੀ ਕੈਨੇਡਾ ਲਿਆਉਣ ਦਾ ਸੀ ਇੱਕ ਕੰਮ, ਕੈਨੇਡਾ ਲਿਆ ਉਹ, ਠੀਕ ਹੈ। ਹੁਣ ਗੱਲ ਕਿੱਥੇ ਆ ਜਾਂਦੀ ਹੈ ਕਿ ਜਦੋਂ ਬੰਦਾ ਕੈਨੇਡਾ ਆ ਜਾਂਦਾ, ਠੀਕ ਹੈ, ਉਹਨੂੰ ਤਰ੍ਹਾਂ ਤਰ੍ਹਾਂ ਦੇ ਤਰੀਕੇ ਨਾਲ ਪ੍ਰੈਸ਼ਰਾਈਜ਼ ਕੀਤਾ ਜਾਂਦਾ। ਸਭ ਤੋਂ ਪਹਿਲਾਂ ਤਾਂ, ਠੀਕ ਹੈ, ਕਈ ਮੇਰੇ ਨਾਲ ਮੇਰੇ ਫਰੈਂਡ ਸਰਕਲ ਦੇ ਵਿੱਚ ਹੈਗੇ ਆ ਮੁੰਡੇ, ਜਿਨ੍ਹਾਂ ਨਾਲ ਅੱਜ ਵੀ, ਇੱਕ ਬਰੰਟਨ ਤੋਂ ਅੱਜ ਕੱਲ੍ਹ ਮੈਨੂੰ ਕਾਲ ਆਈ ਸੀ, ਅਤੇ ਇੱਕ ਨਾਇਗਰਾ ਫਾਲ ਤੋਂ ਮੈਨੂੰ ਕਾਲ ਆਈ ਸੀ ਕੱਲ੍ਹ, ਠੀਕ ਹੈ, ਅਤੇ ਉਹ ਬਾਈ ਰੋਣ ਲੱਗ ਗਿਆ ਮੇਰੇ ਨਾਲ ਕਾਫੀ ਟਾਈਮ, ਉਹਦੇ ਨਾਲ ਅੱਧਾ ਘੰਟਾ ਮੇਰੀ ਗੱਲ ਹੋਈ, ਅਤੇ ਉਹਦੀ ਹੱਡ ਬੀਟੀ ਮੈਂ ਦੱਸਦਾ ਇਸ ਵੀਡੀਓ ਦੇ ਵਿੱਚ। ਉਹ ਕਹਿੰਦਾ ਬਾਈ ਮੈਂ ਸਾਰੀਆਂ ਫੀਸਾਂ ਭਰੀਆਂ ਕੁੜੀ ਦੀਆਂ, ਠੀਕ ਹੈ ਜੀ, ਫੀਸਾਂ ਭਰੀਆਂ, ਈਵਨ ਇੱਥੋਂ ਤੱਕ ਕਿ ਘਰਦਿਆਂ ਤੱਕ ਵੀ ਉਹਨਾਂ ਨੂੰ ਪੈਸੇ ਦਿੱਤੇ, ਠੀਕ ਹੈ। ਤੇ ਜਦੋਂ ਮੈਂ ਕਹਿੰਦਾ ਬਾਈ ਮੈਂ ਕੈਨੇਡਾ ਆ ਗਿਆ, ਤੇ ਬਾਈ ਮੇਰੇ ਘਰਦਿਆਂ ਨਾਲ ਵੀ ਗੱਲ ਨਹੀਂ ਕਰਦੀ, ਅਸੀਂ ਇੱਕ ਹਸਬੈਂਡ ਵਾਈਫ ਹੈਗੇ ਹਾਂ, ਇੱਕ ਕਮਰੇ 'ਚ ਰਹਿ ਰਹੇ ਹਾਂ, ਬਟ ਸਾਡੇ ਵਿੱਚ ਉਹ ਚੀਜ਼ ਨਹੀਂ ਹੋ ਰਹੀ ਜਿਹੜੀ ਇੱਕ ਹਸਬੈਂਡ ਵਾਈਫ ਦੇ ਵਿੱਚ ਹੁੰਦੀ ਆ, ਠੀਕ ਹੈ। ਹੁਣ ਸਾਰਿਆਂ ਦਾ ਦਿਮਾਗ ਦੂਜੇ ਪਾਸੇ ਚੱਲ ਜਾਣਾ, ਐਕਚੁਅਲ ਦੇ ਵਿੱਚ ਉਸ ਉਹਨਾਂ ਚੀਜ਼ਾਂ ਨੂੰ ਛੱਡ ਕੇ ਵੀ ਬਹੁਤ ਕੁਛ ਇੱਕ ਹਸਬੈਂਡ ਵਾਈਫ ਦੇ ਵਿੱਚ ਹੁੰਦਾ, ਠੀਕ ਹੈ। ਕਹਿੰਦਾ ਬਾਈ ਉਹ ਚੀਜ਼ ਵੀ ਬਹੁਤ ਜ਼ਿਆਦਾ ਹਾਰਡ ਹੈ ਕਿ ਠੀਕ ਹੈ ਮੈਂ ਇੱਥੇ ਆਇਆ, ਠੀਕ ਹੈ, ਸਭ ਕੁਛ ਮੈਂ ਕਰ ਰਿਹਾ, ਠੀਕ ਹੈ, ਈਵਨ ਕੁੜੀ ਜੋਬ ਨਹੀਂ ਕਰਦੀ, ਕਹਿੰਦਾ, ਤੇ ਫਿਰ ਵੀ ਮੈਂ ਕਮਾ ਕੇ ਸਾਰਾ ਕੁਛ ਲਿਆਉਣਾ, ਫਿਰ ਵੀ ਕਹਿੰਦਾ ਵੀ ਮੇਰੇ ਅਕਾਊਂਟ ਦੇ ਵਿੱਚ ਰੁਪਈਆ ਨਹੀਂ ਛੱਡਦੀ। ਮੈਂ ਕਿਹਾ ਬਾਈ ਵੀ ਇਹ ਵੀ ਵੱਡੀ ਗੱਲ ਹੈ, ਬੜਾ ਵੱਡਾ ਮਸਲਾ, ਕਹਿੰਦਾ। ਤੇ ਦੂਜੀ ਗੱਲ ਕਹਿੰਦਾ ਵੀ ਬਾਈ ਮੈਨੂੰ ਨਹੀਂ ਲੱਗਦਾ ਕਿ ਮੈਂ ਕੋਈ ਖੱਟਿਆ ਇਹ ਵਿਆਹ ਕਰਵਾ ਕੇ, ਠੀਕ ਹੈ, ਜਿਹੜਾ ਸੌਦੇ ਵਾਜਾਂ ਵਾਲਾ ਕੰਮ ਕਰਕੇ, ਈਵਨ ਮੈਂ ਕੁੜੀ ਦੀ ਲੱਤ ਥੱਲੇ ਹਾਂ, ਲੱਤ ਥੱਲੇ ਆਪੇ ਆ ਭਾਈ, ਜਿੰਨਾ ਚਿਰ ਕੁੜੀ ਸਟੂਡੈਂਟ ਵੀਜ਼ੇ ਤੇ ਫਿਰ ਗਾਂਹ ਉਹਦਾ ਵੀਜ਼ਾ ਐਕਸਟੈਂਡ ਹੋਣਾ, ਠੀਕ ਹੈ, ਬੰਦੇ ਨੂੰ ਇਹ ਨਹੀਂ ਪਤਾ ਕਿ ਠੀਕ ਹੈ ਉਹ ਗਾਂਹ ਨਾਲ ਰਹੂਗੀ ਜਾਂ ਨਹੀਂ, ਕਿਉਂਕਿ ਉਹਨਾਂ ਚਿਰ ਜਿੰਨਾ ਚਿਰ ਉਹਦਾ ਵੀਜ਼ਾ ਐਕਸਟੈਂਡ ਨਹੀਂ ਹੁੰਦਾ, ਉਹਨਾਂ ਚਿਰ ਤਾਂ ਵਿਚਾਰੇ ਨੇ ਨਾਲ ਰਹਿਣਾ ਹੀ ਪੈਣਾ, ਪੀਆਰ ਤੱਕ ਤਾਂ ਵਿਚਾਰੇ ਨੂੰ ਰਹਿਣਾ ਹੀ ਪੈਣਾ, ਕੱਢਣਾ ਹੀ ਪੈਣਾ। ਕਹਿੰਦਾ ਬਈ ਐਡੀ ਮਾੜੀ ਹਾਲਤ ਹੋਈ ਪਈ ਹੈ ਨਾ ਮੇਰੀ, ਕਹਿੰਦਾ ਵੀ ਇੱਕ ਮਰਨਾ ਮੇਰਾ, ਕਹਿੰਦਾ ਇੱਕ ਮਰਦਾ ਨਹੀਂ ਵੀ ਮੈਂ ਪੈਸੇ ਲਾ ਕੇ ਆਇਆ ਘਰਦਿਆਂ ਦੇ, ਜ਼ਮੀਨ ਵਿਕਾ ਕੇ ਆਇਆ, ਬਟ ਮੇਰੀ ਕੋਈ ਜ਼ਿੰਦਗੀ ਨਹੀਂ ਆ। ਮੈਂ ਕਿਹਾ ਬਾਈ ਕਿਉਂ ਜ਼ਿੰਦਗੀ ਕਿਉਂ ਨਹੀਂ? ਕਹਿੰਦਾ ਬਾਈ ਵੀ ਹੁਣ ਜ਼ਿੰਦਗੀ, ਕਹਿੰਦਾ ਤੂੰ ਆਪ ਹੀ ਦੇਖ ਲਾ ਕਿ ਰਾਤ ਨੂੰ 12-1 ਵਜੇ ਤੱਕ ਆਉਣਾ, ਕਿਸੇ ਨਾਲ ਹੋਰ ਨਾਲ ਗੱਲ ਕਰਨੀ, ਇੱਕ ਬੈੱਡ ਤੇ ਪੈ ਕੇ। ਤੇ ਮੈਂ ਕਿਹਾ ਬਾਈ ਯਾਰ ਬਹੁਤ ਮਾੜੀ ਗੱਲ ਹੈ, ਇਹ ਚੀਜ਼ ਵੀ ਹੈਗੀ ਆ ਵੀ ਚੱਲ ਜਿੱਥੇ ਕੁਛ ਚੰਗੀ ਹੈਗੇ ਉੱਥੇ ਮਾੜਾ ਪੱਖ ਵੀ ਹੈਗਾ ਇਸ ਚੀਜ਼ ਦਾ, ਠੀਕ ਹੈ। ਮਾੜਾ ਪੱਖ ਇਹੀ ਹੈ ਕਿ ਯਾਰ
ਤੁਸੀਂ ਜੇ ਵਿਆਹ ਦਾ ਮਜ਼ਾਕ ਇੱਕ ਮਜ਼ਾਕ ਬਣਾ ਰਹੇ ਹੋ ਤੁਸੀਂ, ਹੋਰ ਤੁਹਾਡੇ ਵਿੱਚ ਤੁਸੀਂ ਇਹ ਚੀਜ਼ ਨਹੀਂ ਕਰ ਰਹੇ, ਇੱਕ ਸਿਰਫ ਵਿਆਹ ਦਾ ਮਜ਼ਾਕ ਬਣਾ ਰਹੇ ਹਾਂ ਆਪਾਂ ਸਾਰੇ ਲੋਕ, ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰ ਰਹੇ ਹਾਂ, ਉਹਦੀ ਹਜ਼ੂਰੀ ਦੇ ਵਿੱਚ ਠੀਕ ਹੈ ਆਨੰਦ ਕਾਰਜ ਹੁੰਦੇ ਆ ਉਹਨਾਂ ਦਾ ਅਪਮਾਨ ਕਰ ਰਹੇ ਹਾਂ। ਜੇ ਤੁਸੀਂ ਉਸ ਚੀਜ਼ ਵਾਸਤੇ ਕੰਫਰਟੇਬਲ ਹੀ ਹੈ ਨਹੀਂ ਗੀ, ਤੁਹਾਡੀ ਫੈਮਿਲੀ ਕੰਫਰਟੇਬਲ ਹੈ ਨਹੀਂ ਗੀ, ਤਾਂ ਨਾ ਲੱਤਾਂ ਚੱਕ ਕੇ ਫਾਹ ਲਓ। ਮੇਰੀਆਂ ਅੱਖਾਂ ਚੋਂ ਪਾਣੀ ਆ ਗਿਆ ਜਦੋਂ ਬਾਈ ਨੇ ਇਹ ਗੱਲ ਕਹੀ, ਕਹਿੰਦਾ ਬਾਈ ਈਵਨ ਫੂਡ ਮੈਂ ਆਪ ਰੋਟੀ ਆਪ ਪ੍ਰਪੇਅਰ ਕਰਕੇ ਮੈਂ ਉਹਨੂੰ ਦਿੰਦਾ। ਤਾਂ ਫਿਰ ਮੈਂ ਕਿਹਾ ਬਾਈ ਯਾਰ ਇਹੋ ਜੇ ਕੈਨੇਡਾ ਨਾਲੋਂ ਤਾਂ ਫਿਰ ਆਪਾਂ ਇੰਡੀਆ ਹੀ ਠੀਕ ਸੀਗੇ, ਜਿੱਥੇ ਜਲਤ ਤੋਂ ਵੀ ਜਾਣੀ ਕਿ ਥੱਲੇ ਨਿਚਲੇ ਸਿਰੇ ਦੀ ਗੱਲਬਾਤ ਕਰੀ ਜਾਂਦੇ ਹਾਂ। ਠੀਕ ਹੈ, ਮੈਂ ਇੱਕ ਵਟਸਐਪ ਗਰੁੱਪ ਦੇ ਵਿੱਚ ਵੀ ਸੀਗਾ, ਠੀਕ ਹੈ, ਅਤੇ ਉੱਥੇ ਵੀ ਇੱਕ ਭਰਾ ਨੇ ਜਾਣੀ ਕਿ ਇੱਕ ਗੱਲ ਕਹੀ ਸੀ, ਠੀਕ ਹੈ, ਪਰ ਬਾਈ ਦਾ ਉਸਦਾ ਮੈਂ ਜੀਰੇ ਦੀ ਤਾਤ ਦਿੰਦਾ, ਠੀਕ ਹੈ। ਉਸ ਬੰਦੇ ਨੇ ਕਿਹਾ ਕੋਈ ਨਾ ਚੱਲ, ਫਿਰ ਕੀ ਹੈ ਜੇ ਉਹਦੇ ਲਈ ਲੱਖ ਹੈ ਤਾਂ ਆਪਣੇ ਲਈ ਵੀ ਬਹੁਤ ਹੈ, ਕੋਈ ਨਾ, ਗਲਤੀਆਂ ਬੰਦਿਆਂ ਤੋਂ ਹੀ ਹੁੰਦੀਆਂ, ਠੀਕ ਹੈ। ਕਿੰਨੇ ਤਲਾਕ ਹੁੰਦੇ ਆ, ਉਹ ਵਿਚਾਰੇ ਇੰਡੀਆ ਦੇ ਇੰਡੀਆ ਹੀ ਰਹਿ ਜਾਂਦੇ ਆ, ਠੀਕ ਹੈ। ਮੈਂ ਤਾਂ ਸਿਰਫ ਇਹੀ ਇਹ ਵੀਡੀਓ ਇਸ ਕਰਕੇ ਬਣਾਈ ਹੈ ਕਿ ਯਾਰ ਆਪਾਂ ਕਿਸੇ ਤੋਂ ਜੇ ਕੁਛ ਲੈ ਰਹੇ ਹਾਂ ਨਾ ਤਾਂ ਉਹਦਾ ਹੱਕ ਵੀ ਅਗਲੇ ਨੂੰ ਦਿਓ, ਅਗਲੇ ਨੇ ਸਾਰੀ ਆਪਦੀ ਪੂੰਜੀ ਉਸ ਚੀਜ਼ ਤੇ ਲਾਈ ਆ, ਠੀਕ ਹੈ। ਮੈਂ ਸਾਰੀਆਂ ਕੁੜੀਆਂ ਦੀ ਇੱਕ ਗੱਲ ਨਹੀਂ ਕਰਦਾ, ਬਹੁਤ ਕੁੜੀਆਂ ਚੰਗੀਆਂ ਵੀ ਆ ਜਿਹੜੀਆਂ ਪੂਰਾ ਸਪੋਰਟ ਕਰਦੀਆਂ, ਪਰ ਕੁਛ ਪਰਿਵਾਰ ਗਲਤ ਵੀ ਕਰਦੇ ਆ। ਸੋ ਇਸ ਚੀਜ਼ ਨੂੰ ਬਦਲਣ ਵਾਸਤੇ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਵੀਰੋ ਆਪਾਂ ਨੂੰ ਆਪਦੇ ਪੈਰਾਂ ਤੇ ਖੜਾ ਹੋਣਾ ਚਾਹੀਦਾ, ਠੀਕ ਹੈ। ਦੂਜੀ ਗੱਲ ਇਹ ਹੈ ਕਿ ਜੇ ਤੁਸੀਂ ਕੈਨੇਡਾ ਲਿਆ ਵੀ ਆਉਂਦਾ ਤਾਂ ਏਡਾ ਕਿਹੜਾ ਤੀਰ ਮਾਰਦਾ, ਸਾਰੀ ਦੁਨੀਆ ਹੀ ਕੈਨੇਡਾ ਆਉਂਦੀ ਆ, ਦੂਸਰਾ ਲੇਟ ਆ ਜਾਊਗਾ ਬਾਈ। ਸੋ ਇਹ ਗੱਲਾਂ ਨੇ, ਠੀਕ ਹੈ। ਜੇ ਜਿੱਲਤ ਭਰੀ ਜ਼ਿੰਦਗੀ ਕੱਢਣੀ ਆ ਇੱਥੇ ਆਣ ਕੇ ਤਾਂ ਫਿਰ ਜਿਵੇਂ ਮਰਜ਼ੀ ਕੱਟੀ ਜਾਓ, ਕੋਈ ਪ੍ਰੋਬਲਮ ਨਹੀਂ ਉਹਦੇ ਵਿੱਚ, ਜਿੱਦਾਂ ਤੁਹਾਨੂੰ ਠੀਕ ਲੱਗਦਾ ਤੁਸੀਂ ਉਵੇਂ ਕਰ ਸਕਦੇ ਹੋ। ਬਟ ਇੱਕ ਸੱਚ ਨੂੰ ਨਾ ਇੱਕ ਇਫੈਕਟ ਨੂੰ ਜਿਹੜਾ ਫੈਕਟ ਹੈ ਇਹ, ਠੀਕ ਹੈ, ਉਹਨੂੰ ਆਪਾਂ ਅੱਗੇ ਲੈ ਕੇ ਨਹੀਂ ਚੱਲਦੇ। ਆਪਾਂ ਨੂੰ ਤਾਂ ਸਿਰਫ ਇਹ ਹੈ ਕਿ ਸਪਾਊਸ ਵੀਜ਼ਾ ਈਜ਼ੀ ਆ, ਠੀਕ ਹੈ, ਆਪਣੇ ਜਵਾਕ ਨੂੰ ਪੜ੍ਹਨਾ ਨਹੀਂ ਪਊਗਾ, ਆਪਣੇ ਜਵਾਕ ਨੇ 12ਵੀਂ ਕੀਤੀ ਆ, ਕੁਛ ਆਉਂਦਾ ਨਹੀਂ ਉਹਨੂੰ, ਠੀਕ ਹੈ, ਕੈਨੇਡਾ ਚੱਲ ਜੂਗਾ ਉੱਥੇ ਜਾ ਕੇ ਦਿਹਾੜੀਆਂ ਕਰ ਲੂਗਾ। ਬਟ ਇੱਦਾਂ ਨਹੀਂ ਆ, ਮਰਨ ਬੰਦੇ ਦਾ ਉਦੋਂ ਹੁੰਦਾ ਜਦੋਂ ਉਹਦੇ ਨਾਲ ਕੁੱਤੇ ਖਾਣੀਆਂ ਹੁੰਦੀਆਂ। ਬਟ ਆਪਾਂ ਇਹ ਚੀਜ਼ ਸੋਚਦੇ ਨਹੀਂ ਨਾ, ਆਪਾਂ ਨੂੰ ਤਾਂ ਕਾਹਲੀ ਹੁੰਦੀ ਕੈਨੇਡਾ ਕੈਨੇਡਾ ਕੈਨੇਡਾ। ਜੇ ਆਪਾਂ ਉਹੀ ਚੀਜ਼ ਆਪਾਂ ਆਪਦੇ ਪੈਰਾਂ ਤੇ ਖੜ ਕੇ ਕੀਤੀ ਹੋਵੇ ਤਾਂ ਕਿੰਨੀ ਚੰਗੀ ਹੋਵੇ, ਨਾਲੇ ਪਰਿਵਾਰ ਖੁਸ਼। ਕੁਛ ਏਦਾਂ ਦੇ ਕਪਲ ਵੀ ਮੈਂ ਆਪਦੀ ਜ਼ਿੰਦਗੀ ਦੇ ਵਿੱਚ ਦੇਖੇ ਆ ਜਿਨ੍ਹਾਂ ਦੀਆਂ ਫੈਮਿਲੀਆਂ ਨੂੰ ਨਹੀਂ ਪਤਾ, ਉਹਨਾਂ ਨੇ ਲਵ ਮੈਰਿਜ ਕਰਾ ਕੇ ਕੈਨੇਡਾ ਲਿਆਂਦਾ ਹੋਇਆ ਮੁੰਡਾ, ਅਤੇ ਗਾਂ ਉਹਨਾਂ ਦੇ ਜਵਾਕ ਵੀ ਹੋਏ ਆ, ਅਤੇ ਵਧੀਆ ਪੂਰਾ ਇੰਜੋਏ ਕਰ ਰਿਹਾ ਪੀ ਆਰ 'ਤੇ ਆ। ਸੋ ਪਤਾ ਨਹੀਂ ਆ ਸਾਡੇ ਪੰਜਾਬੀਆਂ ਨੂੰ ਇਹ ਕੀ ਗੱਲ ਹੋ ਗਈ ਆ ਕਿ ਉਹ ਪੈਸੇ ਤੱਕ ਹੀ ਸੀਮਤ ਰਹਿ ਗਏ ਆ, ਉਹਨਾਂ ਲਈ ਰਿਸ਼ਤਾ ਹੈ ਹੀ ਨਹੀਂ ਆ ਕੋਈ, ਸਿਰਫ ਆਪਾਂ ਪੈਸੇ ਲਈ ਤੁਰੇ ਫਿਰਦੇ ਹਾਂ। ਸੋ ਮੈਨੂੰ ਰੋਣ ਆ ਗਿਆ ਜਦੋਂ ਬਾਈ ਨੇ, ਉਸਨੇ ਮੈਨੂੰ ਪੂਰਾ ਇੱਕ ਘੰਟਾ ਇਹ ਗੱਲ ਦੱਸੀ ਵੀ ਬਾਈ ਆਹ ਮੇਰੇ ਨਾਲ ਚੀਜ਼ ਹੈ। ਬਟ ਮੈਂ ਬਾਈ ਦਾ ਨਾਂ ਨਹੀਂ ਲਊਂਗਾ, ਠੀਕ ਹੈ, ਬਾਈ ਚੈਨਲ 'ਤੇ ਵੀ ਹੈਗਾ, ਠੀਕ ਹੈ, ਬਟ ਮੈਂ ਉਹਦੀ ਰਿਸਪੈਕਟ ਕਰਦਾ, ਠੀਕ ਹੈ, ਉਹ ਆਪਦੇ ਮਾਂ ਪਿਓ ਲਈ ਜੀ ਰਿਹਾ, ਠੀਕ ਹੈ, ਦੋ ਬੰਦਾ ਕਿਸੇ ਨਾ ਕਿਸੇ ਦਿਨ ਕੁਛ ਬਣੂਗਾ ਜ਼ਰੂਰ, ਮੈਨੂੰ ਇੰਨਾ ਪਤਾ। ਬਟ ਮੈਂ ਇਹ ਵੀਡੀਓ ਉਸ ਚੀਜ਼ ਨੂੰ ਰੱਖ ਕੇ ਬਣਾਈ ਹੈ ਕਿ ਯਾਰ ਹਰ ਇੱਕ ਬੰਦਾ ਇਸ ਚੀਜ਼ ਨੂੰ ਸਮਝੇ, ਠੀਕ ਹੈ। ਇਹ ਨਾ ਇਹ ਗੱਲ ਨਹੀਂ ਕਿ ਠੀਕ ਹੈ ਯਾਰ ਵੀ ਠੀਕ ਹੈ ਤੈਨੂੰ ਮੇਰੇ, ਕਈ ਹੁਣ ਕੁੜੀਆਂ ਕਹਿ ਦਿੰਦੀਆਂ ਕਿ ਠੀਕ ਹੈ ਤੈਨੂੰ ਲੋੜ ਆ ਤਾਂ ਤੂੰ ਗੱਲ ਕਰ, ਯਾਰ ਫਿਰ ਕੀ ਹੈ, ਗੱਲ ਆ ਤਾਂ ਗੱਲ ਕੀ ਹੈ, ਐਡਾ ਕਿੱਡਾ ਕਮਾਣ ਹੋ ਗਿਆ, ਸਾਰੀ ਦੁਨੀਆ ਹੀ ਚਾਈਨਾ ਵਾਲੇ ਆਈ ਜਾਂਦੇ, ਦੂਜੀਆਂ ਕੰਟਰੀਆਂ ਵਾਲੇ ਆਈ ਜਾਂਦੇ ਆ, ਜੇ ਤੁਸੀਂ ਪੰਜਾਬ 'ਚੋਂ ਉੱਠ ਕੇ ਕੈਨੇਡਾ ਆ ਗਏ ਤਾਂ ਤੁਹਾਨੂੰ ਮਾਣ ਹੋ ਗਿਆ। ਸੋ ਇਹ ਚੀਜ਼ ਨੂੰ ਵੀਰੋ ਆਪਾਂ ਹੀ ਬਦਲਣਾ, ਆਪਾਂ ਪਰਿਵਾਰਾਂ ਦੀ ਥਿੰਕਿੰਗ ਬਦਲਣੀ ਆ। ਜੇ ਆਪਣਾ ਯੂਥ ਇਸ ਚੀਜ਼ ਨੂੰ ਅੱਗੇ ਐਂ ਸੋਚਦੇ ਰਹਾਂਗੇ ਕਿ ਆਪਾਂ ਉਹਦੇ ਤੋਂ ਕੀ ਲੈਣਾ, ਇੱਕ ਅੱਧੇ ਦੀ ਵੀਡੀਓ ਵਾਇਰਲ ਹੁੰਦੀ ਆ, ਉਹਨੂੰ ਵੀਡੀਓ ਨੂੰ ਵੇਖ ਕੇ ਆਪਾਂ ਹੱਸ ਲੈਂਦੇ ਹਾਂ, ਖੁਸ਼ ਹੋ ਜਾਂਦੇ ਹਾਂ ਕਿ ਠੀਕ ਹੈ ਇਹਦੇ ਨਾਲ ਆਇਆ ਹੋਇਆ, ਗੱਲ ਤਾਂ ਉਦੋਂ ਆ ਜਦੋਂ ਆਪਣੇ ਨਾਲ ਖੁਦ ਕੁੱਤੇ ਖਾਣੀ ਹੁੰਦੀ ਹੈ, ਪਰ ਆਪਣਾ ਤਾਂ ਜ਼ਮੀਰ ਮਰਿਆ, ਠੀਕ ਹੈ, ਉਹ ਚੀਜ਼ ਤਾਂ ਆਪਾਂ ਸੁਣਨੀ ਨਹੀਂ, ਠੀਕ ਹੈ। ਆਪਾਂ ਨੂੰ ਤਾਂ ਇਹ ਹੈ ਕਿ ਸੰਨੀ ਲਿਆਉਣੀ ਦਿਖ ਜੇ ਉਹਦੀ ਵੀਡੀਓ ਸ਼ੇਅਰ ਕਰ ਦੇਣੀ ਹੈ, ਕੋਈ ਚੰਗੀ ਚੀਜ਼ ਤਾਂ ਆਪਣੇ ਜੇ ਸਾਹਮਣੇ ਹੋਵੇ ਤਾਂ ਆਪਾਂ ਨੂੰ ਐਂ ਕਰਕੇ ਸਕਿੱਪ ਕਰਕੇ ਚਲ ਜਾਂਦੇ ਹਾਂ। ਸੋ ਇਸ ਚੀਜ਼ ਨੂੰ ਜੇ ਆਪਾਂ ਦੂਰ ਕਰਨਾ ਨਾ ਇਹਨਾਂ ਸਾਰੀਆਂ ਚੀਜ਼ਾਂ ਨੂੰ, ਠੀਕ ਹੈ, ਧੱਕੇਸ਼ਾਹੀਆਂ ਨੂੰ ਤੁਸੀਂ ਕਮੈਂਟਾਂ ਦੇ ਵਿੱਚ ਲਿਖਦੇ ਆ ਮੁੜ ਕੇ ਮੈਨੂੰ ਵੀ ਬਾਈ ਠੀਕ ਹੈ ਵੀ ਕੁੜੀਆਂ ਵੀ ਐਂ ਕਰਦੇ, ਮੈਂ ਮੰਨਦਾ ਕਰਦੀਆਂ, ਪਰ ਉਹ 5-10 ਜਿਹੜੀਆਂ ਕਰਕੇ ਗਈਆਂ ਉਹਨਾਂ ਦੇ ਸਾਰਿਆਂ ਦੇ ਕਰਕੇ ਉਹਨਾਂ ਇੱਕ ਆਪਣੇ ਜਾਣੀ ਕਿ ਕਲਚਰ ਤੇ ਆਪਣੀ ਸੋਸਾਇਟੀ ਤੇ ਇਫੈਕਟ ਕਰਦਾ, ਕਲਚਰ ਦੀ ਗੱਲ ਕਹੀ ਹੈ ਨਾ, ਇੱਕ ਸੋਸਾਇਟੀ ਤੇ ਪੂਰਾ ਇਫੈਕਟ ਕਰਦੀ ਉਹ ਚੀਜ਼, ਠੀਕ ਹੈ। ਸੋ ਇਹ ਚੀਜ਼ਾਂ ਨੇ ਜਿਹੜੀਆਂ ਆਪਣੇ
ਉਹਨੇ ਕੱਲ ਆਉਣ ਵਾਲੇ ਕੱਲ ਨੂੰ ਜਿਹੜਾ ਫਿਊਚਰ ਆ ਉਹਨੂੰ ਖਤਮ ਕਰਨਾ ਸ਼ੁਰੂ ਕਰਤਾ। ਰਿਸ਼ਤਿਆਂ ਦੀ ਕੋਈ ਅਹਿਮੀਅਤ ਹੈ ਨਹੀਂ ਗੀ। ਆਪਣੇ ਨਾਲੋਂ ਤਾਂ ਸਾਊਥ ਇੰਡੀਅਨ ਆ ਜਿਹੜੇ ਆਪਣੀ ਆਪਣਿਆਂ ਤੇ ਇਹ ਗੱਲ ਕਹਿ ਰਹੇ ਆ ਕਿ ਪੰਜਾਬ ਦੇ ਵਿੱਚ ਇਹ ਚੀਜ਼ ਚੱਲ ਗਈ ਆ ਕਿ ਆਈਲੈਟਸ ਦਾ ਸਕੋਰ ਦੇਖ ਕੇ ਠੀਕ ਆ ਮੈਰਿਜਾਂ ਫਿਕਸ ਹੋ ਰਹੀਆਂ। ਆਪਾਂ ਇੰਨੇ ਥੱਲੇ ਕਿਹੜੇ ਗਿਰ ਗਏ ਆ, ਐਡੇ ਪਵਿੱਤਰ ਰਿਸ਼ਤੇ ਨੂੰ ਠੀਕ ਆ ਆਪਾਂ ਐਂ ਰੋਲੀ ਜਾਂਦੇ ਹਾਂ। ਜੇ ਆਪਾਂ ਕਰਾ ਵੀ ਲਈ ਠੀਕ ਹੈ, ਪਰ ਤੁਸੀਂ ਉਸ ਚੀਜ਼ ਦਾ ਇੱਜ਼ਤ ਮਾਣ ਦਾ ਰੱਖੋ ਠੀਕ ਹੈ। ਸੋ ਵੀਰੋ ਇਹ ਵੀਡੀਓ ਸਾਰਿਆਂ ਲਈ ਆ ਠੀਕ ਹੈ। ਜੇ ਆਪਾਂ ਸਾਰੇ ਇਸ ਚੀਜ਼ 'ਤੇ ਲੈ ਕੇ ਚੱਲਾਂਗੇ ਤਾਂ ਹੋਪ ਆਪਾਂ ਇਸ ਚੀਜ਼ ਨੂੰ ਬਦਲਾਵ ਕਰ ਸਕਦੇ ਹਾਂ ਠੀਕ ਹੈ। ਜੇ ਨਹੀਂ ਬਦਲਾਵ ਕਰਾਂਗੇ ਤਾਂ ਫਿਰ ਬਾਈ ਤੁਸੀਂ ਇੱਥੇ ਆ ਠੀਕ ਹੈ, ਮੈਂ ਤਾਂ ਇੱਥੇ ਆ ਗਿਆ ਮੈਨੂੰ ਕੀ ਆ ਠੀਕ ਹੈ। ਮੇਰਾ ਕੰਮ ਹੈ ਕਿ ਠੀਕ ਹੈ ਯਾਰ ਰੌਲਾ ਪਾਉਣਾ ਹੈ। ਜੇ ਤੁਸੀਂ ਉਸ ਚੀਜ਼ ਨੂੰ ਨਹੀਂ ਸ਼ੇਅਰ ਕਰਨਾ ਜਾਂ ਨਹੀਂ ਗੱਲਬਾਤ ਦੇ ਵਿੱਚ ਤੁਸੀਂ ਇੰਟਰਸਟ ਰੱਖਦੇ ਦੈਟਸ ਗੁੱਡ, ਵਧੀਆ ਗੱਲ ਹੈ। ਮੈਨੂੰ ਕੀ ਆ, ਮੈਂ ਇੱਕ ਵੀਡੀਓ ਪੋਸਟ ਕਰ ਦੂੰਗਾ ਫਿਰ ਕੀ ਆ, ਮੈਂ ਅਗਲੀ ਹੋਰ ਵੀਡੀਓ ਪੋਸਟ ਕਰ ਦੂੰਗਾ। ਪਰ ਜੇ ਆਪਾਂ ਇਹ ਚੀਜ਼ ਸੋਚੀਏ ਕਿ ਠੀਕ ਹੈ ਬੋਲੀ ਜਾਂਦਾ ਤਾਂ ਬੋਲੀ ਜਾਂਦਾ, ਜੇ ਆਪਾਂ ਇਸ ਚੀਜ਼ ਨੂੰ ਅੱਗੇ ਨਾ ਖਤਮ ਕਰਾਂਗੇ ਤਾਂ ਇਹ ਖਤਮ ਨਹੀਂ ਹੋਣਾ, ਇਹ ਵਧਣਾ ਹੀ ਹੈ। ਸੋ ਉਹ ਕੁੜੀਆਂ ਵਾਸਤੇ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਬਹੁਤਾ ਚਿਰ ਤੁਸੀਂ ਅੱਜ ਕਿਸੇ ਦਾ 18-19 ਲੱਖ ਰੁਪਇਆ ਖਾ ਜਾਓਗੇ, ਕੋਈ ਵੱਡਾ ਤੀਰ ਨਹੀਂ ਮਾਰ ਲਿਆ। ਉਹ ਵੀ ਕਿਸੇ ਦਾ ਠੀਕ ਹੈ ਪੁੱਤ ਹੈ, ਕਿਸੇ ਦੀ ਧੀ ਹੈ, ਜੇ ਮੁੰਡਾ ਉਹਦੇ ਨਾਲ ਗਲਤ ਕਰਦਾ ਜਾਂ ਕੁੜੀ ਗਲਤ ਕਰਦੀ, ਦੋਨਾਂ ਦੀ ਬੁਰੀ ਗੱਲ ਹੈ, ਗਲਤ ਗੱਲ ਹੈ ਠੀਕ ਹੈ। ਜੈਨੂਇਨਸ ਮੈਰਿਜ ਦੀ ਜਿਹੜੀ ਚੈੱਕ ਕਰਨੀ ਸ਼ੁਰੂ ਕੀਤੀ, ਇਹਨਾਂ ਕਰਕੇ ਤਾਂ ਚੈੱਕ ਕਰਨੀ ਕੀਤੀ ਹੈ ਕਿ ਆਪਾਂ ਇੰਨੇ ਜਣੇ ਫਰਜ਼ੀ ਹੋ ਗਏ ਹਾਂ। ਫਿਰ ਤੁਸੀਂ ਜਾਣੀ ਕਿ ਐਂ ਕਹਿੰਦੇ ਕਹਿੰਦੇ ਹੋਣੇ ਕਿ ਅੰਬੈਸੀ ਜਾ ਕੇ ਧਰਨਾ ਲਾਉਣਾ, ਐਂ ਕਰਨਾ। ਧਰਨਿਆਂ ਧਰਨੇ ਜਿੱਥੇ ਆਪਾਂ ਨੂੰ ਲਾਉਣੇ ਚਾਹੀਦੇ, ਜਿੱਥੇ ਆਪਾਂ ਨੂੰ ਗੱਲ ਕਰਨੀ ਚਾਹੀਦੀ, ਉੱਥੇ ਤਾਂ ਆਪਾਂ ਗੱਲ ਕਰਦੇ ਨਹੀਂ। ਸੋ ਇਹ ਚੀਜ਼ਾਂ, ਬਾਕੀ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਠੀਕ ਹੈ। ਅਤੇ ਚੈਨਲ ਨੂੰ ਜੇ ਸਬਸਕ੍ਰਾਈਬ ਕਰਨਾ ਤਾਂ ਤੁਸੀਂ ਕਰ ਸਕਦੇ ਹੋ, ਕਿਉਂਕਿ ਤੁਹਾਡਾ ਓਪੀਨੀਅਨ ਤੁਹਾਡਾ, ਜਿਹੜੇ ਕਿ ਜਿਵੇਂ ਮਰਜ਼ੀ ਤੁਸੀਂ ਕਰ ਸਕਦੇ ਹੋ। ਜਿਹੜਾ ਲਾਲ ਜਿਹਾ ਬਟਨ ਉਹਦੇ ਨਾਲ ਲੰਕ ਜੋ ਭਵਾਂ ਠੀਕ ਹੈ, ਉਹਦੇ ਨਾਲ ਉੱਤੇ ਚੜ੍ਹ ਜਾਓ, ਕਈ ਨਾਲ ਵੜ ਦਿਓ, ਜਿਵੇਂ ਮਰਜ਼ੀ ਕਰ ਲਓ, ਉਹਨੂੰ ਸਬਸਕ੍ਰਾਈਬ ਕਰ ਜਿਓ ਠੀਕ ਹੈ ਜੀ। ਅਤੇ ਬਾਕੀ